ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤਾਂ ਕੀ ਕਰੀਏ, ਅੱਜ ਸਾਡੀ ਸਟਾਫ ਦੀ ਹੋ ਗਈ ਆ ਛੁੱਟੀ, ਬਰਫ਼ 'ਚ ਕੋਈ ਆਇਆ ਨਹੀਂ ਇੱਥੇ, ਅਤੇ ਸਨੋਅ 'ਚ ਨਾ ਘਰੋਂ ਹਿੱਲਿਆ, ਅਸੀਂ ਪਹੁੰਚ ਗਏ, ਸਟਾਫ ਨਹੀਂ ਪਹੁੰਚਿਆ। ਅੱਜ ਤਾਂ ਆਪ ਹੀ ਸਟਾਫ ਆ, ਆਪ ਹੀ ਸਾਰਾ ਕੁਛ ਆ, ਆਪ ਹੀ ਬ੍ਰੇਕਾਂ ਬਰੂਕਾਂ ਕਰਨੀਆਂ, ਆਪ ਹੀ ਲਟੂਣੇ ਜਿਹੇ ਕਰਨੇ ਆ, ਅਸੀਂ ਥੋੜ੍ਹੇ ਧੀਰਜ ਰੱਖੋ। ਅਤੇ ਕਹਿੰਦੇ ਹੁੰਦੇ ਨਾ ਜੱਟ ਬਣਿਆ ਟੈਕਨੀਸ਼ੀਅਨ ਅੱਜ, ਅਤੇ ਆਹ ਦੇਖੋ ਆਹ ਦੇਖੋ, ਕਦੇ ਮੈਨੂੰ ਕਦੇ ਮੈਂ ਗਾਇਬ ਹੋ ਜਾਣਾ, ਕਦੇ ਮੈਂ ਆ ਜਾਣਾ। ਕੋਈ ਕਹਿੰਦਾ ਅੱਜ ਜੱਟ ਕਾ ਸਟਾਈਲ ਚੱਲੂ ਸ਼ੋ, ਸਾਡਾ ਜੀਗਲ ਸਲੂਸ਼ਨ, ਆਹ ਨੰਬਰ ਆ ਰਿਹਾ ਤੁਹਾਡੇ ਸਕਰੀਨ 'ਤੇ, ਅੱਜ ਤਾਂ ਸਿੱਧਾ ਹਿਸਾਬ ਚੱਲੂਗਾ ਸਾਰਾ ਜੱਟ ਸਟਾਈਲ ਹੀ। ਆਹ ਨੰਬਰ ਆ ਰਿਹਾ ਤੁਹਾਡੇ ਸਕਰੀਨ 'ਤੇ, ਜਿਹਨੂੰ ਵੀ ਫੋਨ ਕਰਨਾ ਫੋਨ ਕਰ ਸਕਦਾ, ਸਵਾਲਾਂ ਦੇ ਜਵਾਬ ਮਿਲੂਗੇ। ਅਤੇ ਅੱਜ ਉਹੀ ਕਹਿੰਦਾ ਕਿ ਸ਼ੋਅ 'ਚ ਥੋੜ੍ਹੀ ਸਾਡੀ ਗੱਲਬਾਤ ਆ, ਮਾਫ਼ ਕਰਨਾ, ਸਟਾਫ ਪਹੁੰਚਿਆ ਨਹੀਂ ਐਮਰਜੈਂਸੀ, ਅਤੇ ਅਸੀਂ ਨਵਾਂ ਸਟਾਫ ਲੈ ਕੇ ਆਏ, ਉਹ ਵਿਚਾਰੇ ਬਾਹਰ ਖੜ੍ਹੇ ਸੀ ਦੋ ਮੁੰਡੇ ਗੇਟ 'ਤੇ, ਉਹਨਾਂ ਨੂੰ ਖਿੱਚ ਕੇ ਲੈ ਕੇ ਆਇਆ ਕਿ ਆ ਮੁੰਡਿਓ ਆ ਜਾਓ, ਸਾਨੂੰ 5 ਪਾਉਂਡ ਦਿਓ, ਤੁਸੀਂ ਆ ਮਾੜੇ ਲਟੂਣੇ ਜਿਹੇ ਹਿਲਾ ਦਿਓ। ਅਤੇ ਉਹ ਵਿਚਾਰੇ ਲੱਗੇ ਵਾ, ਅਤੇ ਦੇਣੇ ਉਹਨਾਂ ਨੂੰ ਵੀ ਮੈਂ 3:30 ਹੀ ਆ, ਕਿਉਂਕਿ ਮੈਂ ਇੰਡੀਅਨ ਵਾਲਾ ਕੰਮ ਕਰਨਾ ਤੁਹਾਨੂੰ ਪਤਾ, ਅਤੇ ਉਹ ਪੰਜਾਬੀ ਕਾਹਦਾ ਹੋਇਆ ਜਿਹਨੇ ਕਿਸੇ ਦੇ ਪੈਸੇ ਨਹੀਂ ਮਾਰੇ। ਅਤੇ ਇਹੀ ਤਾਂ ਗੱਲ ਹੈ ਨਾ, ਫਿਰ ਅਸੀਂ ਥੋੜ੍ਹੀ ਆਪਣੀ ਨਸਲ ਵੀ ਦਿਖਾ ਲਾਂਗੇ ਕਿ ਅਸੀਂ ਪੰਜਾਬੀ ਹਾਂ, ਅਤੇ ਅਸੀਂ ਪੈਸੇ ਮਾਰਾਂਗੇ। ਅਤੇ ਮੈਨੂੰ ਤਾਂ ਆਪ ਉਹ ਕੱਚੇ ਜਿਹੇ ਲੱਗਦੇ ਮੁੰਡੇ, ਅਤੇ ਫਿਰ ਤਾਂ ਵਧੀਆ, ਫਿਰ 2 ਪਾਉਂਡ ਹੀ ਦੇਵਾਂਗੇ, ਫਿਰ ਬਾਹਲਾ ਮਾਰਾਂਗੇ। ਕੱਚਿਆਂ ਦੇ ਪੈਸੇ ਜ਼ਿਆਦਾ ਮਾਰਨੇ ਚਾਹੀਦੇ ਆ, ਵਿਚਾਰਿਆਂ ਦੇ ਜ਼ਿਆਦਾ ਪੈਸੇ ਮਾਰ ਹੁੰਦੇ ਆ। ਫਿਲਹਾਲ ਕੋਈ ਨਵਾਂ ਕਾਨੂੰਨ ਵਗੈਰਾ ਤਾਂ ਨਹੀਂ ਤੁਹਾਨੂੰ ਤੁਹਾਡੇ ਲਈ ਦੱਸਣ ਲਈ, ਜੋ ਕਿ ਇਸ ਵੇਲੇ ਆ ਰਿਹਾ। ਹੋਮ ਆਫਿਸ ਹੁਣ ਇਸ ਵੀਕ ਖੁੱਲ੍ਹੀ ਆ ਦੁਬਾਰਾ, ਐਪਲੀਕੇਸ਼ਨਾਂ ਧਰੋ ਧਰ ਚੱਲ ਰਹੀਆਂ। ਇੱਕ ਵਿਆਹ ਦਾ ਤੁਹਾਨੂੰ ਕਾਨੂੰਨ ਬਾਰੇ ਜ਼ਰੂਰ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਵਿਆਹ ਦੀ ਕੀ ਆ, ਕਿਉਂਕਿ ਬਹੁਤ ਲੋਕ ਆਉਂਦੇ ਭਾਅ ਜੀ ਵਿਆਹ ਦਾ ਕੀ ਰੂਲਸ ਜਾਂ ਕੀ ਨਹੀਂ, ਸਾਨੂੰ ਬਹੁਤ ਡਿਫਰੈਂਟ ਗੱਲਾਂ ਸੁਣਨੀਆਂ। ਐਕਚੁਅਲੀ ਮਜ਼ੇ ਦੀ ਗੱਲ ਇਹ ਹੁੰਦੀ ਜ਼ਿਆਦਾ ਕਿ ਸਾਡੇ ਕੋਲ ਬੰਦੇ ਹੁੰਦੇ, ਭਾਅ ਜੀ ਸੁਣਿਆ ਸੀਗਾ ਮੈਂ ਕਿ ਆਹ ਕਾਨੂੰਨ 'ਚ ਵਿਆਹ ਖੁੱਲ੍ਹ ਕੇ, ਫਿਰ ਮੈਂ ਪੁੱਛਦਾ ਮੈਂ ਕਿ ਕਿੱਥੇ ਸੁਣਿਆ ਸੀਗਾ, ਕਹਿੰਦੇ ਐਕਚੁਅਲੀ ਭਾਅ ਜੀ ਫਲਾਨੇ ਤੋਂ ਸੁਣਿਆ ਸੀਗਾ। ਫਿਰ ਮੈਂ ਉਹਨੂੰ ਕਿੱਥੇ ਸੁਣਿਆ ਸੀ, ਉਹ ਅੱਛਾ ਤੁਹਾਡੇ ਪ੍ਰੋਗਰਾਮ 'ਤੇ ਸੁਣਿਆ। ਤਾਂ ਮੈਂ ਕਿਹਾ ਵੀ ਤੂੰ ਸਿੱਧਾ ਹੀ ਕਹਿ ਕਿ ਪੰਜਾਬੀ ਭਾਅ ਜੀ ਕਿ ਤੁਸੀਂ ਪ੍ਰੋਗਰਾਮ 'ਚ ਆ ਕੇ ਆਇਆ ਕਿ ਆਹ ਚੀਜ਼ ਸਹੀ ਆ ਜਾਂ ਨਹੀਂ। ਫਿਰ ਇੱਕ ਤੁਹਾਨੂੰ ਮਜ਼ੇ ਦੀ ਗੱਲ ਕਰਦਾ, ਮੈਂ ਇੱਕ ਰਿਸੈਪਸ਼ਨ 'ਤੇ ਬੈਠਾ ਸੀਗਾ ਅਤੇ ਫੋਨ ਆਇਆ ਕਿ ਹਾਂਜੀ ਹਰਜਾਪ ਜੀ ਨੇ ਪਿਛਲੇ ਫਰਾਈਡੇ ਨਾ ਇਹ ਕਿਹਾ ਸੀ ਸ਼ੋਅ 'ਤੇ, ਕਿਆ ਸਹੀ ਗੱਲ ਆ? ਮੇਰੇ ਸੈਕਟਰੀ ਨੂੰ ਪੁੱਛਣ ਡਿਆ ਮੇਰੇ ਸਾਹਮਣੇ ਕਿ ਜੇ ਹਰਜਾਪ ਜੀ ਨੇ ਕਿਹਾ ਸੀ ਸ਼ੋਅ 'ਤੇ ਤਾਂ ਉਹ ਸਹੀ ਨਹੀਂ ਹੁੰਦਾ, ਤੁਸੀਂ ਉਹਦੇ ਸੈਕਟਰੀ ਨੂੰ ਫੋਨ ਕਰਕੇ ਪੁੱਛਣ ਡਿਓ ਆ ਕਿ ਆਹ ਸਹੀ ਗੱਲ ਆ? ਤਾਂ ਆਹ ਦੇਖੋ ਜੀ ਕਿੰਨੀ ਆ ਮਜ਼ੇ ਵਾਲੀ ਗੱਲ ਆਪਣੇ ਪੰਜਾਬੀਆਂ ਦੀ, ਕੀ ਦੱਸੀਏ ਤੁਹਾਨੂੰ, ਇੰਨੀ ਗੱਲ ਦੀ ਸਮਝ ਤਾਂ ਆਉਂਦੀ ਨਹੀਂ। ਬਾਅਦ 'ਚ ਕਹਿੰਦੇ ਵੀਜ਼ੇ ਨਹੀਂ ਲੱਗੇ, ਅਤੇ ਚਲੋ ਵੀਜ਼ੇ ਤੁਹਾਡੀ ਕੀ ਲਾਉਣੇ, ਰੱਬ ਆਸਰੀ ਹੈ ਸਾਰਾ ਕੰਮ। ਤੁਸੀਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਪੁੱਛ ਸਕਦੇ ਆ। ਆਹ ਕੰਨ 'ਚ ਮੇਰੇ ਫੋਨ ਡਿਆ, ਕੰਮ ਖਰਾਬ ਇਹਦਾ ਲਟੂਣਾ ਹੀ ਆ, ਅਤੇ ਫੋਨ ਨੰਬਰ ਸਕਰੀਨ 'ਤੇ ਆ ਰਿਹਾ। ਥੋੜ੍ਹਾ ਪੇਸ਼ੈਂਸ ਰੱਖਣਾ ਸਾਡੇ ਨਾਲ, ਮੈਂ ਤੁਹਾਨੂੰ ਦੱਸਦਾ ਸੀ ਸਾਰਾ ਸ਼ੋਅ ਮੈਂ ਆਪ ਹੀ ਕਰ ਰਿਹਾ। ਵਿਆਹ ਦੇ ਸਿਲਸਿਲੇ 'ਚ ਤੁਹਾਨੂੰ ਦੱਸ ਦਈਏ ਕਿ ਵਿਆਹ ਕੋਈ ਵੀ ਬੰਦਾ ਇੱਥੇ ਕਰ ਸਕਦਾ, ਕੱਚਾ ਬੰਦਾ ਜੋ ਹੈਗਾ ਆ ਇੱਥੇ ਕਰ ਸਕਦਾ। ਹੁਣ ਤੁਸੀਂ ਵਿਆਹ ਦੇ ਵਿੱਚ ਅਤੇ ਵੀਜ਼ੇ ਲੱਗਣੇ ਵਿੱਚ ਚੀਜ਼ਾਂ ਨੂੰ ਕਨਫਿਊਜ਼ ਕਰ ਰਹੇ ਹਾਂ ਜੋ ਹੈਗੀ ਆ। ਵਿਆਹ ਤੁਸੀਂ ਇੱਥੇ ਕਰ ਸਕਦੇ ਆ ਜੇ ਤੁਹਾਡੀ ਵਾਈਫ ਬ੍ਰਿਟਿਸ਼ ਆ ਜਾਂ ਇੱਥੇ ਦੀ ਪੱਕੀ ਆ, ਤਾਂ ਫਿਰ ਤੁਹਾਨੂੰ ਵੀਜ਼ਾ ਲੈਣ ਲਈ ਇੰਡੀਆ ਜਾਣਾ ਪੈਣਾ ਮੁੜ ਕੇ। ਹਾਂਜੀ ਇੰਡੀਆ, ਹਾਂਜੀ ਤੁਹਾਡੇ ਕੰਨ ਖੜ੍ਹੇ ਹੋ ਗਏ ਹੁਣ ਇੰਡੀਆ ਦੇ ਨਾਂ 'ਤੇ, ਅੱਧਿਆਂ ਨੂੰ ਤਾਂ ਰਹਿਸ਼ ਹੋ ਗਈ ਹੋਣੀ ਇੰਡੀਆ ਦਾ ਨਾਂ ਹੀ ਸੁਣ ਕੇ, ਇਸ ਦੇ ਬਾਵਜੂਦ ਕਿ 25 ਸਾਲ ਉੱਥੇ ਰਹਿ ਕੇ ਆਏ ਆ। ਨਹੀਂ ਭਾਅ ਜੀ ਮੇਰੇ ਹੈ ਨਾ ਰਹਿਸ਼ ਹੋ ਜਾਂਦੀ ਮੜੀ ਇੰਡੀਆ ਜਾ ਕੇ, ਅੱਛਾ 25 ਸਾਲ ਤਾਂ ਹੋਈ ਨਹੀਂ। ਤਾਂ ਫਿਰ ਉਹਦੇ ਵਿੱਚ ਇਹ ਆ ਕਿ ਜਿਹੜੇ ਵਿਆਹ ਕਰਦੇ ਯੂਰਪ ਵਾਲੀ ਕੁੜੀ ਨਾਲ, ਮਤਲਬ ਕਿ ਜਿਹੜੇ ਬ੍ਰਿਟਿਸ਼ ਨਹੀਂ ਜਾਂ ਇੱਥੇ ਦੀ ਇਨਡੈਫੀਨਿਟੀ ਯੂਰਪ ਵਾਲੀ, ਜਿਸ ਤਰ੍ਹਾਂ ਪੋਲੈਂਡ, ਲੈਟਵੀਆ, ਲਿਥੋਏਨੀਆ, ਫਰਾਂਸ, ਹੋਲੈਂਡ, ਬੈਲਜੀਅਮ, ਜਰਮਨ, ਇਟਾਲੀਅਨ, ਸਪੈਨੀ ਜਿਹੜੀ ਕੁੜੀ ਆ, ਉਹਨਾਂ ਨਾਲ ਜੇ ਤੁਸੀਂ ਵਿਆਹ ਕਰਦੇ ਆ ਫਿਰ ਤੁਹਾਨੂੰ ਇੱਥੇ ਹੀ ਵੀਜ਼ਾ ਮਿਲ ਜਾਂਦਾ, ਤਾਂ ਇੱਥੇ ਹੀ ਵਿਆਹ ਦੀ ਪਰਮਿਸ਼ਨ ਮਿਲ ਜਾਂਦੀ ਆ। ਫਰਕ ਇਹ ਆ ਕਿ ਇੰਡੀਆ ਵਾਲੀ ਨਾਲ ਜਾਂ ਜਿਹੜੇ ਇੱਥੇ ਦੀ ਪੱਕੀ ਕੁੜੀਆਂ ਨਾਲ ਆ, ਤੁਸੀਂ 2 ਸਾਲਾਂ ਬਾਅਦ ਪੱਕੇ ਹੋਣਾ ਆ, ਅਤੇ ਜਿਹੜੀ ਉੱਥੇ ਯੂਰਪ ਵਾਲੀ ਨਾਲ ਆ ਉਹਦੇ ਨਾਲ ਤੁਹਾਨੂੰ 5 ਸਾਲ ਅਤੇ ਵਿਚਾਰਾ ਥੋੜ੍ਹੇ ਕਰਨਾ ਪੈਣਾ, ਕੋਸ਼ਿਸ਼ ਕਸ਼ਟ ਕਰਨਾ ਪੈਣਾ, 5 ਸਾਲ ਇਕੱਠੇ ਰਹਿਣਾ ਪੈਣਾ, ਤਾਂ ਤੁਸੀਂ ਪੱਕੇ ਹੋਵੋਗੇ। ਇਹ 2 ਫਰਕ ਆ, ਅਤੇ ਇਹ ਜ਼ਰੂਰ ਆ ਕਿ ਤੁਸੀਂ ਇੱਥੇ ਦੀ ਕੁੜੀ ਨਾਲ ਵਿਆਹ ਇੱਥੇ ਕਰ ਸਕਦੇ ਹਾਂ, ਪਰ ਵੀਜ਼ਾ ਲੈਣ ਲਈ ਤੁਹਾਨੂੰ ਇੰਡੀਆ ਜਾਣਾ ਪੈਣਾ। ਇਹ ਤਕਰੀਬਨ ਗੱਲ ਸਰਟਨ ਹੀ ਹੈਗੀ ਆ, ਅਤੇ ਇਸ ਗੁੰਮਰਾਹ 'ਚ ਨਾ ਹੋਇਓ ਕਿ ਹਾਂਜੀ ਕਿ ਵਿਆਹ ਇੱਥੇ ਹੋ ਗਿਆ ਤਾਂ ਫਿਰ ਮੇਰਾ ਵੀਜ਼ਾ ਵੀ ਇੱਥੋਂ ਲੱਗ ਜਾਏਗਾ, ਇਹ ਚੀਜ਼ ਇਹ ਨਹੀਂ। ਜੇ ਤੁਸੀਂ ਯੂਰਪ ਵਾਲੀ ਕੁੜੀ ਨਾਲ ਵਿਆਹ ਕਰਦੇ ਹਾਂ ਫਿਰ ਤੁਹਾਡਾ ਵਿਆਹ ਇੱਥੇ ਹੋ ਜਾਊਗਾ ਤਾਂ ਵੀਜ਼ਾ ਇੱਥੇ ਲੱਗ ਜਾਂਦਾ, ਅਤੇ ਫਿਰ ਹੋ ਸਕਦਾ।